ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਤਾਂ ਪੰਜਾਬਲੇ ਅੱਜ ਦਾ ਆਪਣਾ ਕਥਾ ਵਿਚਾਰ ਦਾ ਵਿਸ਼ਾ ਕਿ ਲੂਣ ਦੀ ਇੱਕ ਚੁੰਡੀ ਦਾ ਇਹ ਜੁਗਤ ਜਾਂ ਇਹ ਉਪਾ ਆਪਣੀ ਜ਼ਿੰਦਗੀ ਦੇ ਵਿੱਚੋਂ ਸਾਰੇ ਦੁੱਖ ਦੂਰ ਕਰ ਦੇਗਾ ਪਰ ਉਸ ਤੋਂ ਪਹਿਲਾਂ ਸਾਰਿਆਂ ਕੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਣੇ ਆਪਾਂ ਘਰ ਵਿੱਚ ਕਿਹੜਾ ਲੂਣ ਵਰਤਦੇ ਬਹੁਤੇ ਕਹਿਣਗੇ ਜੀ ਬਾਜ਼ਾਰ ਤੋਂ ਮਿਲਦਾ ਪੈਕੇਟ ਲਿਆ ਕੇ ਉਹੀ ਵਰਤੀਦੇ ਉਹਦੇ ਉੱਤੇ ਤਾਂ ਮੋਟਾ-ਮੋਟਾ ਲਿਖਿਆ ਹੁੰਦਾ ਆਇਓਡੀਨ ਯੁਕਤ ਫਿਰ ਵੀ ਆਪਾਂ ਪੂਰੇ ਛਟਕਾਰੇ ਲੈ ਕੇ ਖਾਂਦੇ ਆਪਣੇ ਸਰੀਰ ਵਿੱਚ ਕਦੇ ਵੀ ਆਇਓਡੀਨ ਦੀ ਕਮੀ ਨਹੀਂ ਹੋ ਸਕਦੀ ਪਰ ਫਿਰ ਵੀ ਆਪਾਂ ਖਾਂਦੇ ਬਾਅਦ ਵਿੱਚ ਭਾਵੇਂ ਬੀਪੀ ਦੀ ਦਿੱਕਤ ਹੀ ਹੋ ਜਾਵੇ ਤੇ ਪੱਕੀ ਗੋਲੀ ਵੀ ਖਾਣੀ ਪਵੇ ਫਿਰ ਸਵੇਰੇ ਢਿੱਡ ਵੀ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ ਸਾਰੇ ਸਰੀਰ ਦੀ ਸਕਿਨ ਫਿਰ ਢਿੱਲੀ ਜੀ ਹੋ ਜਾਂਦੀ ਆਪਾਂ ਵੇਖਿਆ ਹੋਵੇਗਾ ਕਿ ਬੜੀ ਛੋਟੀ ਉਮਰ ਵਿੱਚ ਅੱਜ ਲੋਕਾਂ ਦੇ ਮੂੰਹ ਤੇ ਝੁਰੜੀਆਂ ਤੇ ਬੇਜਾਨ ਹੋ ਗਿਆ ਖਾਦਾ ਪੀਤਾ ਵੀ ਫਿਰ ਪਚਦਾ ਨਹੀਂ ਢਿੱਡ ਵਧਣਾ ਸ਼ੁਰੂ ਹੋ ਜਾਂਦਾ ਹੈ ਇਹ ਆਪਾਂ ਆਮ ਕਰਕੇ ਵੇਖਿਆ ਖਾਸ ਕਰਕੇ ਬੀਬੀਆਂ ਵਿੱਚ ਕਿ ਉਹਨਾਂ ਦੇ ਢਿੱਡ ਬਹੁਤ ਜ਼ਿਆਦਾ ਲਟਕੇ ਹੋਏ ਨੇ ਜਿਸ ਚੀਜ਼ ਦੀ ਆਪਾਂ ਨੂੰ ਜ਼ਰੂਰਤ ਨਹੀਂ ਆਪਾਂ ਉਹ ਫਿਰ ਵੀ ਖਾਂਦੇ ਤਾਂ ਸਰੀਰ ਫਿਰ ਬੇਕਾਰ ਹੋ ਜਾਂਦਾ ਜਿਹੜਾ ਆਪਾਂ ਇਹ ਪੈਕਟ ਵਾਲਾ ਲੂਣ ਖਾਂਦੇ ਆ ਜਦੋਂ ਮਸ਼ੀਨਾਂ ਵਿੱਚ ਤਿਆਰ ਹੁੰਦਾ ਤਾਇਸਤੇ ਪੋਸ਼ਟਿਕ ਗੁਣਤਾ ਉਦੋਂ ਹੀ ਮਾਰ ਚਾਹਦੇ ਸਗੋਂ ਹੋਰ ਚੀਜ਼ਾਂ ਵਿੱਚ ਮਿਲਾ ਕੇ ਬਿਮਾਰੀ ਜ਼ਰੂਰ ਆਪਣੇ ਹੱਥ ਵਿੱਚ ਦੇ ਦਿੰਦੇ ਨੇ ਵੀ ਜਾਓ ਜਾ ਕੇ ਖਾਓ ਤੇ ਬਿਮਾਰ ਹੋਵੋ ਦੂਜੇ ਪਾਸੇ ਕੁਦਰਤ ਨੇ ਸਾਨੂੰ ਲੂਣ ਦਿੱਤਾ ਜੋ ਵੱਡੇ ਵੱਡੇ ਪਹਾੜ ਨੇ ਜਿਹਨੂੰ ਆਪਾਂ ਆਮ ਭਾਸ਼ਾ ਵਿੱਚ ਆਪਣੇ ਵੱਡੇ ਵੱਡੇਰੇ ਕਹਿ ਦਿੰਦੇ ਹੁੰਦੇ ਨੇ ਸੇਦਾ ਨਮਕ ਕਹਿੰਦੇ ਨੇ ਨਾ ਇਹ ਮਿਨਰਲਸ ਨਾਲ ਭਰਪੂਰ ਹੁੰਦਾ ਇਹ ਹਾਜਮੇ ਨੂੰ ਜਮਾ ਜਿੰਨਾ ਕਹਿ ਲੋ ਵੀ 100% ਦੇ ਹੀ ਸਹੀ ਰੱਖਦਾ ਆਪਣੀ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਬੱਚਿਆਂ ਨੂੰ ਜੇਕਰ ਇਹ ਦੀ ਹੈ ਨਾ ਤੇ ਜੋ ਆਪਣੇ ਵਿੱਚ ਤੇ ਚਲੋ ਕਮੀਆਂ ਆ ਗਈਆਂ ਨੇ ਉਹ ਆਪਣੇ ਬੱਚਿਆਂ ਵਿੱਚ ਨਹੀਂ ਆਉਣਗੇ ਉਹ ਕਦੇ ਵੀ ਜਿਹੜੇ ਉਹਨਾਂ ਦੇ ਲੱਤਾਂ ਬਾਹਾਂ ਜਿਹੜੀਆਂ ਉਹ ਕਦੇ ਨਹੀਂ ਟੁੱਟਣਗੀਆਂ ਭਾਵੇਂ ਜੇ ਆਪਾਂ ਕਹਿ ਦਿੰਦੇ ਹਾਂ ਲੰਮੇ ਪਏ ਆ ਮੇਰੇ ਤੇ ਜੀ ਲੱਤਾਂ ਪੈਰ ਜਿਹੜੇ ਨੇ ਟੁੱਟਣਦੇ ਨੇ ਢੀੜ ਹੁੰਦੇ ਪਏ ਨੇ ਉਹ ਦਿੱਕਤ ਨਹੀਂ ਆਵੇਗੀ ਖਾਪਾ ਨੂੰ ਕੀ ਹੁੰਦਾ ਵੀ ਪਏ ਪੈ ਨਾ ਖੱਲੀਆਂ ਪੈਣ ਲੱਗ ਜਾਂਦੀਆਂ ਨੇ ਪਾ ਪਿੰਨਿਆਂ ਦੇ ਕੋਲੋਂ ਪਿੰਜਣੀਆਂ ਦੇ ਕੋਲੋਂ ਨਾ ਆਪਣੀ ਲਤਿਕ ਕੋਦਮ ਆਕਰ ਜਾਂਦੀ ਪੈਰ ਆਕਰ ਜਾਂਦਾ ਉਹਨਾਂ 'ਚ ਉਹ ਦਿੱਕਤ ਨਹੀਂ ਆਵੇਗੀ ਬੀਪੀ ਸਰੀਰ ਦਾ ਬਿਲਕੁਲ ਠੀਕ ਰਹੇਗਾ ਤੁਹਾਡੀ ਦਿਮਾਗ ਦੀ ਯਾਦਦਾਸ਼ਤ ਨੂੰ ਠੀਕ ਰੱਖੇਗਾ ਜਿੰਨਾ ਬੱਚਿਆਂ ਨੂੰ ਪੜਿਆ ਹੋਇਆ ਯਾਦ ਨਹੀਂ ਹੁੰਦਾ ਜਾਂ ਉਹਨਾਂ ਨੂੰ ਕੋਈ ਦਿੱਕਤ ਆ ਯਾਦਦਾਸ਼ਤ ਸੰਬੰਧੀ ਤਾਂ ਉਸੇ ਦਾ ਨਮਕ ਦੀ ਵਰਤੋਂ ਕਰਨੀ ਸ਼ੁਰੂ ਕਰਦੋ ਤੁਹਾਡੀ ਨੀਂਦ ਵੀ ਸੋਹਣੀ ਹੋ ਜਾਵੇਗੀ ਲੱਕ ਤੁਹਾਡਾ ਕਦੇ ਵੀ ਨਹੀਂ ਦੁਖੇਗਾ ਇਹ ਸਰੀਰ 'ਚ ਇੰਨੀ ਊਰਜਾ ਦੇਵੇਗਾ ਨਾ ਕਿ ਜਿਹੜੇ ਤੁਹਾਡਾ ਵੀ ਤੁਹਾਨੂੰ ਐਵੇਂ ਥੱਕਿਆ ਟੁੱਟਿਆ ਮਹਿਸੂਸ ਹੁੰਦਾ ਉਹ ਕਦੀ ਨਹੀਂ ਹੋਏਗਾ ਕਿਉਂਕਿ ਆयोडीਨ ਨਾਲ ਭਰਪੂਰ ਹੁੰਦਾ ਤੇ ਸਰੀਰ ਨੂੰ ਅੰਦਰੋਂ ਅੰਦਰ ਬਹੁਤ ਮਜ਼ਬੂਤ ਕਰਦਾ ਪਰ ਜਿਹੜਾ ਆਪਾਂ ਪੈਕੇਟ ਵਾਲਾ ਲੂਣ ਖਾਣੇ ਉਹ ਕਹਿ ਦਿੰਦੇ ਨੇ ਜੀ ਇਹ ਚ ਆयोडीਨ ਉਹ ਹੌਲੀ ਹੌਲੀ ਸਰੀਰ ਨੂੰ ਅੰਦਰੋਂ ਖੋਖਲਾ ਕਰ ਦਿੰਦਾ ਆਪਾਂ ਵੇਖਣਾ ਜਵਾਕਾਂ ਨੂੰ ਕੀ ਖਵਾਈਏ ਆਪਾਂ ਅੱਜ ਬਾਹਰ ਦੀ ਸੁੰਦਰਤਾ ਵੱਲ ਉਧਰ ਵੇਖ ਕੇ ਝਾਤ ਮਾਰਦੇ ਆ ਬਾਹਰੋਂ ਬੜਾ ਸੋਹਣਾ ਲੱਗਦਾ ਪਿਆ ਚਲੋ ਇਹ ਖਰੀਦ ਲਓ ਚਿੱਟਾ ਤੇ ਦਾਣਾ ਦਾਣਾ ਸੋਨਾ ਲੱਗਦਾ ਉਹਦੀ ਬਨਾਵਟੀ ਚਮਕਦਾ ਤੁਸੀਂ ਕੀ ਕਰੋਗੇ ਤੁਹਾਡੀ ਚਮਕਤਾਉ ਨੇ ਉਂਜੀ ਢਾ ਕੇ ਲੈ ਜਾਣੀ ਸਿਆਣੀ ਨਾ ਬੜਾ ਸੋਨਾ ਕਿਹਾ ਕਰਦੇ ਸੀ ਆਪਾਂ ਆਪਣੇ ਦਾਦੀ ਨਾਨੀਆਂ ਦੇ ਮੂੰਹੋਂ ਵੀ ਸੁਣਿਆ ਹੋਵੇਗਾ ਬੇਪੁੱਤ ਹਰ ਚਮਕਤੀ ਹੋਈ ਚੀਜ਼ ਨਾ ਸੋਨਾ ਨਹੀਂ ਹੁੰਦੀ ਅੱਖਾਂ ਦੀ ਰੋਸ਼ਨੀ ਵਧਾਉਣੀ ਜੇ ਮੂੰਹ ਦਾ ਰੰਗ ਸਾਫ਼ ਕਰਨਾ ਜੀ ਦਿਮਾਗ ਦੀ ਯਾਦਦਾਸ਼ਤ ਵਧਾਉਣੀ ਪੇਟ ਦੀਆਂ ਬਿਮਾਰੀਆਂ ਠੀਕ ਕਰਨੀਆਂ ਇਹ ਸਭ ਠੀਕ ਕਰਨਾ ਚਾਹੁੰਦੇ ਹੋ ਨਾ ਤਸੇ ਦਾ ਲੂਣ ਦੀ ਵਰਤੋਂ ਕਰਨੀ ਅੱਜ ਤੋਂ ਹੀ ਸ਼ੁਰੂ ਕਰ ਦੋ ਆਪਣੀ ਰਸੋਈ ਦਾ ਇਹਨੂੰ ਰਾਜਾ ਬਣਾ ਲਓ ਤੁਸੀਂ ਆਪਣੀ ਜ਼ਿੰਦਗੀ ਵਿੱਚੋਂ ਨਾ ਦੋ ਹੀ ਚਿੱਟੀਆਂ ਚੀਜ਼ਾਂ ਬਾਹਰ ਕੱਢ ਦੋ ਪਹਿਲਾ ਪੈਕੇਟ ਵਾਲਾ ਲੂਣ ਤੇ ਦੂਜੀ ਘਰ ਦੇ ਡੱਬੇ ਵਿੱਚ ਪਈ ਖੰਡ ਇਹ ਦੋਵੇਂ ਸਰੀਰ ਨੂੰ ਅੰਦਰੋਂ ਹੌਲੀ-ਹੌਲੀ ਖਾਲੀ ਕਰ ਦਿੰਦੀਆਂ ਜਿਵੇਂ ਲੱਕੜ ਹੁੰਦੀ ਉਹਨੂੰ ਘੋਣ ਲੱਗ ਜੇ ਬਾਹਰੋਂ ਤਾਂ ਉਵੇਂ ਹੀ ਰਹਿੰਦੀ ਹੈ ਪਰ ਅੰਦਰੋਂ ਸਾਰੀ ਖਾਲੀ ਹੋ ਜਾਂਦੀ ਮੜਾ ਜਿਹਾ ਹੱਥ ਲਾਈਏ ਤਾਂ ਢੇਰੀ ਟਹਿ ਜਾਂਦੀ ਹੈ ਨਾ ਉਵੇਂ ਅੰਦਰੋਂ ਖਾਲੀ ਕਰ ਦਿੰਦੇ ਨੇ ਜਿਸ ਦਾ ਬੀਪੀ ਬੜਾ ਜ਼ਿਆਦਾ ਵੱਧ ਉਹਨਾਂ ਰੋਜ਼ ਸੇਂਦਾ ਲੂਣ ਲੈ ਕੇ ਪਾਣੀ ਵਿੱਚ ਪਾ ਲਓ ਇੱਕ ਚਮਚੀ ਪਾ ਲਓ ਫਿਰ ਉਹਦੇ ਨਾਲ ਰੋਜ਼ ਨਹਾਓ ਤੁਹਾਡਾ ਬੀਪੀ 1 ਮਹੀਨੇ ਦੇ ਵਿੱਚ ਬਿਲਕੁਲ ਠੀਕ ਹੋ ਜਾਵੇਗਾ ਜਾਂ ਜਿਨ੍ਹਾਂ ਦਾ ਘਟਦਾ ਉਹ ਇੱਕ ਗਲਾਸ ਪਾਣੀ ਲਵੋ ਗੁੰਗਣਾ ਜਾ ਉਹ ਚ ਅੱਧੇ ਤੋਂ ਥੋੜਾ ਘੱਟ ਚਮਚ ਨਾ ਅੱਧੇ ਤੋਂ ਘੱਟ ਉਹ ਸੇਂਦਾ ਲੂਣ ਵਿੱਚ ਪਾ ਕੇ ਤੇ ਉਹਨੂੰ ਚੰਗੀ ਤਰ੍ਹਾਂ ਘੋਲ ਕੇ ਉਹਨੂੰ ਪੀ ਚੋ ਤੁਸੀਂ ਠੀਕ ਹੋ ਜਾਓਗੇ ਤੇ ਰੋਜ਼ ਜੇਕਰ ਆਪਾਂ ਸੇਦਾ ਲੂਣ ਹੀ ਖਾਣੇ ਉਨੂੰ ਫਿਰ ਘਟਣ ਵਧਣ ਦੀ ਦਿੱਕਤ ਹੀ ਨਹੀਂ ਆਉਂਦੀ ਨਹਾਉਣ ਵਾਲੇ ਧਿਆਨ ਦੇ ਇਹ ਪਾਣੀ ਸਿਰ ਵਿੱਚ ਨਹੀਂ ਪਾਉਣਾ ਪਾਣੀ ਪਿੰਡੇ ਤੇ ਪਾ ਸਾਬਣ ਨਹੀਂ ਫਿਰ ਲਉਣਾ ਪਹਿਲਾਂ ਸਾਬਣ ਸੁਬਣ ਆਪਣਾ ਲਾ ਲਓ ਉਸ ਤੋਂ ਬਾਅਦ ਆਪਣੇ ਪਿੰਡੇ ਤੇ ਇਹਨੂੰ ਪਾ ਪਾਣੀ ਸਰੀਰ ਤੇ ਪਾ ਕੇ ਫਿਰ 2 ਮਿੰਟ ਐਵੇਂ ਬੈਠੇ ਰਹੋ ਸਰੀਰ ਕਿਸੇ ਚੀਜ਼ ਨਾਲ ਪੂੰਝਣਾ ਨਹੀਂ ਫਿਰ ਉਵੇਂ ਹੀ ਕੱਪੜੇ ਪਾ ਲਓ ਐਵੇਂ ਕਰਨ ਦੇ ਨਾਲ ਤੁਹਾਡੇ ਸਰੀਰ ਦੇ ਜਿੰਨੇ ਵੀ ਇਹ ਬੀਪੀ ਵਧਣਾ ਘਟਣਾ ਇਹ ਸਾਰਾ ਠੀਕ ਹੋ ਜਾਏਗਾ ਇਹ ਤੋਂ ਤੱਕੇ ਜਿਨ੍ਹਾਂ ਨੂੰ ਅਲਰਜੀ ਹੁੰਦੀ ਹੈ ਨਾ ਜਾਂ ਸਰੀਰ ਭੱਜਿਆ ਟੁੱਟਿਆ ਰਹਿੰਦਾ ਜਾਂ ਥਕਾਵਟ ਹੁੰਦੀ ਹੈ ਉਹ ਵੀ ਇਹਦੇ ਨਾਲ ਠੀਕ ਹੋ ਜਾਂਦੀ ਜਦੋਂ ਆਪਾਂ ਆਪਣੇ ਘਰ ਵਿੱਚ ਸਬਜ਼ੀ ਬਣਾਉਨੇ ਆ ਸਬਜ਼ੀ ਬਣਾਉਣ ਸਮੇਂ ਵਿੱਚ ਨਾਲ ਆਪਾਂ ਲੂਣ ਤਾਂ ਪਾਉਣਾ ਹੀ ਪਾਣਾ ਐਸੇ ਦਾ ਲੂਣ ਪਰ ਵਿੱਚ ਹਰੀ ਮਿਰਚ ਪਾਉਣੀ ਸ਼ੁਰੂ ਕਰ ਦਿਓ ਇਹ ਤੁਹਾਡੇ ਸਰੀਰ ਦੀਆਂ ਕਈ ਬਿਮਾਰੀਆਂ ਦਾ ਇਲਾਜ ਕਰਦੇ ਲਾਲ ਮਿਰਚਾਂ ਜੋ ਆਪਾਂ ਪਾਉਨੇ ਆ ਇਹ ਸਰੀਰ ਨੂੰ ਇਹਨਾਂ ਨੁਕਸਾਨ ਪਹੁੰਚਾਉਂਦੀਆਂ ਨੇ ਕਿ ਤੁਸੀਂ ਜਦੋਂ ਇਹਨੂੰ ਸੁਣੋਗੇ ਜਾਂ ਪੜੋਗੇ ਕਿਤੇ ਤੇ ਤੁਸੀਂ ਹੈਰਾਨ ਹੋ ਜਾਓਗੇ ਬੇ ਐਨਾ ਨੁਕਸਾਨ ਕਰਦੀ ਹੈ ਜੇਕਰ ਕੋਈ ਦਿਨ ਵਿੱਚ ਇੱਕ ਵੀ ਹਰੀ ਮਿਰਚ ਖਾਂਦਾ ਤਾਂ ਇਸ ਨਾਲ ਤੁਹਾਡੀ ਅੱਖਾਂ ਦੀ ਰੋਸ਼ਨੀ ਵਧਣੀ ਸ਼ੁਰੂ ਹੋ ਜਾਂਦੀ ਰੋਜ਼ ਹਰੀ ਮਿਰਚ ਖਾਣ ਨਾਲ ਚਸ਼ਮਾ ਵੀ ਉਤਰ ਜਾਵੇਗਾ ਇਹ ਮਿਰਚ ਜਿਨ੍ਹਾਂ ਦਾ ਬੀਪੀ ਘਟਦਾ ਉਹਨਾਂ ਲਈ ਬਹੁਤ ਹੀ ਵਧੀਆ ਹੈ ਹਰੀ ਮਿਰਚ ਵਿੱਚ ਨਾ ਬਹੁਤ ਜ਼ਿਆਦਾ ਆਇਰਨ ਹੁੰਦਾ ਜੋ ਆਪਣੇ ਸਰੀਰ ਦੀ ਖੂਨ ਦੀ ਕਮੀ ਹੁੰਦੀ ਹੈ ਨਾ ਕਈਆਂ ਨੂੰ ਖੂਨ ਦੀ ਕਮੀ ਹੋ ਜਾਂਦੀ ਉਹ ਤੱਕ ਪੂਰਾ ਕਰ ਦਿੰਦੀ ਖੂਨ ਦੀ ਕਮੀ ਦੂਰ ਹੋ ਜਾਏਗੀ ਖੂਨ ਦਾ ਵਹਾਅ ਠੀਕ ਰਹੇਗਾ ਜਿਸ ਨਾਲ ਬੀਪੀ ਘਟਦਾ ਵੱਧਦਾ ਨਹੀਂ ਖੂਨ ਨਾ ਹੀ ਜੰਮਦਾ ਤੇ ਨਾ ਹੀ ਸੰਗੜਾ ਹੁੰਦਾ ਇੱਥੋਂ ਤੱਕ ਕਿ ਇਹ ਮਾੜੀ ਤੋਂ ਮਾੜੀ ਬਿਮਾਰੀ ਲਾ ਇਲਾਜ ਕੈਂਸਰ ਵਰਗੀ ਬਿਮਾਰੀ ਤੋਂ ਵੀ ਤੁਹਾਨੂੰ ਬਚਾ ਦਿੰਦੀ ਜੋ ਵੀ ਕੈਂਸਰ ਦੇ ਸੈੱਲ ਸਰੀਰ ਵਿੱਚ ਬੰਦੇ ਨੇ ਨਾ ਉਹਨੂੰ ਹੀ ਖਤਮ ਕਰ ਦਿੰਦੀ ਇਹ ਖੂਨ ਨੂੰ ਜੰਮਣ ਨਹੀਂ ਦਿੰਦੀ ਨਾ ਹੀ ਗਾੜਾ ਹੋਣ ਦਵੇ ਇਹ ਪਤਲਾ ਰੱਖਦੀ ਜਿਸ ਕਾਰਨ ਦਿਲ ਸਹੀ ਤਰ੍ਹਾਂ ਖੂਨ ਨੂੰ ਅੱਗੇ ਪੰਪ ਕਰਦਾ ਹੈ ਤੇ ਦਿਲ ਦੀਆਂ ਬਿਮਾਰੀਆਂ ਤੋਂ ਆਪਾਂ ਬਚੇ ਰਹਿੰਨੇ। ਹਲਦੀ ਘਰ ਲਿਆ ਕੇ ਪੀਓ। ਐਵੇਂ ਤੁਸੀਂ ਹਰ ਇੱਕ ਬਿਮਾਰੀ ਤੋਂ ਬਚੇ ਰਹੋਗੇ। ਬੱਚੇ ਤੇਜ਼ ਦਿਮਾਗ ਤੇ ਤਿੱਖਣ ਬੁੱਧੀ ਵਾਲੇ ਹੋਣਗੇ। ਪਹਿਲਾਂ ਆਪਣੇ ਘਰਾਂ ਵਿੱਚ ਨਾ ਸਾਰਿਆਂ ਦੇ ਘਰ ਤੋਰੀ ਡੰਡਾ ਹੁੰਦਾ ਸੀ। ਕਿਉਂ ਸਬਜ਼ੀ ਬਣਾਉਣ ਤੋਂ ਪਹਿਲਾਂ ਉਹ ਦੋਰੀ ਕੁੰਡੇ ਦੇ ਵਿੱਚ ਉਹ ਕੀ ਕਰਿਆ ਕਰਦੇ ਸੀ ਵੀ ਉਹ ਹਰੀ ਮਿਰਚਾਂ ਨੂੰ ਚੰਗੀ ਤਰ੍ਹਾਂ ਪੀ ਕੇ ਤੇ ਫਿਰ ਸਮਝ ਚ ਪਾਇਆ ਕਰਦੇ ਸੀ। ਆਪਾਂ ਵੇਖਿਆ ਪਹਿਲੇ ਜਿਹੜੇ ਲੋਕ ਹੁੰਦੇ ਸੀ ਨਾ ਉਹ ਜ਼ਿਆਦਾ ਆਪਣੇ ਨਾਲ ਉਹ ਹਸ਼ਤਪੁਸ਼ ਤੇ ਰੋਗ ਘੱਟ ਲੱਗਦੇ ਸੀ ਕਿਉਂ ਕਿ ਉਹ ਐਵੇਂ ਦੀਆਂ ਘਰ ਦੀਆਂ ਚੀਜ਼ਾਂ ਯੂਜ਼ ਕਰਦੇ ਹੁੰਦੇ ਸੀ ਜਿਸ ਕਾਰਨ ਉਹ ਰੋਗਾਂ ਤੋਂ ਬਚੇ ਰਹਿੰਦੇ ਸੀ ਜਿਵੇਂ ਹਰੀ ਮਿਰਚਾਂ ਵਰਤਣੀਆਂ ਲਾਲ ਘੱਟ ਵਰਤਣੀਆਂ ਲਾਲ ਦੀ ਵਰਤੋਂ ਨਾ ਕਰਨੀ ਤੇ ਕਈ ਰੋਗਾਂ ਤੋਂ ਬਾਚਣ ਸੇ ਦੇ ਲੂਣ ਦੀ ਵਰਤੋਂ ਕਰਨੀ ਤੇ ਇਹਦੇ ਨਾਲ ਕਈ ਤਰ੍ਹਾਂ ਦੇ ਰੋਗਾਂ ਤੋਂ ਬਾਚਣ ਘਰ ਦਾ ਗੁੜ ਹੁੰਦਾ ਸੀ ਸ਼ੱਕਰ ਹੁੰਦੀ ਸੀ ਉਹਦੀ ਵਰਤੋਂ ਕਰ ਲੈਂਦੇ ਸੀ ਤਾਂ ਕਰਕੇ ਉਹ ਰੋਗਾਂ ਤੋਂ ਬਚੇ ਰਹਿੰਦੇ ਸੀ ਜੇਕਰ ਆਪਾਂ ਵੀ ਇਨਾਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਾਂਗੇ ਤੇ ਇਹ ਇੱਕ ਚੁੰਡੀ ਭਾਵੇਂ ਰੋਜ਼ ਦੀ ਇੱਕ ਹਰੀ ਮਿਰਚੀ ਖਾ ਲੋ ਰੋਜ਼ ਇੱਕ ਚੁੰਡੀ ਜਿਹੜਾ ਲੂਣ ਇਹ ਵਰਤ ਕੇ ਵੇਖ ਲੋ ਤੁਸੀਂ ਦੇਖੋਗੇ ਵੀ ਇਹਦੇ ਨਾਲ ਤੁਹਾਡੀਆਂ ਕਈ ਬਿਮਾਰੀਆਂ ਦੂਰ ਹੋ ਗਈਆਂ ਨੇ ਜੋ ਮਨੁੱਖ ਰੋਗਾਂ ਤੋਂ ਬਚ ਗਿਆ ਫਿਰ ਆਪੇ ਉਹ ਉੱਦਮ ਕਰਕੇ ਹਰੇਕ ਕੰਮ ਨੂੰ ਕਰੇਗਾ ਤੇ ਉੱਥੇ ਫਿਰ ਆਪੇ ਬਰਕਤਵਾਸ ਕਰੇਗੀ ਹੁਣ ਸੋਚਣਾ ਆਪਾਂ ਕਿ ਆਪਾਂ ਰੋਗਾਂ ਨੂੰ ਗੱਲ ਲਾਉਣੇ ਕੀ ਜਾਂ ਫਿਰ ਆਪਾਂ ਸਵਸਥ ਰਹਿ ਕੇ ਆਪਣੇ ਕੰਮਾਂ ਵੱਲ ਧਿਆਨ ਦੇਣੇ